ਦੋਸਤੋ ਹਾਜ਼ਰ ਹੋ ਚੁਕੀ ਹੈ ਤੁਹਾਡੀ ਆਪਣੀ ਦੋਸਤ ਮਨਪ੍ਰੀਤ ਯੈਸ ਟੀਵੀ ਤੇ ਤੇ ਅੱਜ ਵੀ ਇੱਕ ਨਵੀਂ ਕਹਾਣੀ ਲੈ ਕੇ ਆਈ ਆ ਦੋਸਤੋ ਕਹਿੰਦੇ ਨੇ ਜੋ ਵੀ ਸਾਨੂੰ ਮਿਲਦਾ ਹੈ ਨਾ ਵਕਤ ਦੇ ਨਾਲ ਹੀ ਮਿਲਦਾ ਹੈ ਸਮੇਂ ਤੋਂ ਪਹਿਲੇ ਸਾਨੂੰ ਕੁਝ ਵੀ ਨਹੀਂ ਮਿਲ ਸਕਦਾ ਇਸ ਤੋਂ ਹੀ ਰਿਲੇਟਿਡ ਸਾਡੀ ਅੱਜ ਦੀ ਸਟੋਰੀ ਹੈਗੀ ਹੈ ਤੇ ਕੀ ਹੈ ਇਹਦੇ ਵਿੱਚ ਖਾਸ ਆਓ ਜਾਣਦੇ ਹਾਂ ਇੱਕ ਵਾਰ ਦੀ ਗੱਲ ਹੈ ਇੱਕ ਵਾਰੀ ਜੀ ਇੱਕ ਵਿਅਕਤੀ ਨਾ ਭਗਵਾਨ ਨੂੰ ਮਿਲਣ ਦੇ ਲਈ ਨਾ ਕਿਲਾਸ਼ ਪਹਾੜ ਤੇ ਗਿਆ ਜਦੋਂ ਪਰਵਦੇਸ਼ ਸ਼ਿਖਰ ਤੇ ਪਹੁੰਚ ਗਿਆ ਨਾ ਤੇ ਉਹਨੂੰ ਭਗਵਾਨ ਦੇ ਦਰਸ਼ਨ ਵੀ ਹੋ ਗਏ ਤਾਂ ਬਹੁਤ ਹੀ ਖੁਸ਼ ਹੋਇਆ ਜਦੋਂ ਭਗਵਾਨ ਨੂੰ ਮਿਲਿਆ ਤਾਂ ਭਗਵਾਨ ਨੂੰ ਉਹਨੇ ਪੁੱਛਿਆ ਰੱਬ ਜੀ ਤੁਹਾਡੇ ਲਈ ਨਾ ਸਾਲ ਇੱਕ ਸਾਲ ਕਿੰਨੇ ਦੇ ਬਰਾਬਰ ਹੈਗਾ ਵੇ ਤੇ ਭਗਵਾਨ ਜੀ ਨੇ ਅਨਸਰ ਦਿੱਤਾ ਰੱਬ ਨੇ ਅਨਸਰ ਦਿੱਤਾ ਕਿ 1 ਮਿੰਟ ਦੇ ਬਰਾਬਰ ਹੈਗਾ ਵੇ ਤੇ ਫਿਰ ਆਦਮੀ ਨੇ ਦੁਬਾਰਾ ਕੁਐਸਚਨ ਪੁੱਛਿਆ ਕਿ ਤੁਹਾਡੇ ਲਈ ਲੱਖ ਰੁਪਏ ਕਿੰਨੇ ਦੇ ਬਰਾਬਰ ਹੈਗੇ ਨੇ ਤੇ ਰੱਬ ਨੇ ਉੱਤਰ ਦਿੱਤਾ 1 ਰੁਪਏ ਦੇ ਬਰਾਬਰ ਹੈਗੇ ਨੇ ਤੇ ਫਿਰ ਉਸ ਆਦਮੀ ਨੇ ਰੱਬ ਨੂੰ ਕਿਹਾ ਰੱਬ ਮੈਨੂੰ ਤੁਸੀਂ 1 ਰੁਪਿਆ ਦੇ ਦਿਓ ਤੇ ਰੱਬ ਨੇ ਮੁਸਕੁਰਾਉਂਦੇ ਹੋਏ ਕਿਹਾ ਕਿ 1 ਮਿੰਟ ਰੁਕੋ ਦੋਸਤੋ 1 ਮਿੰਟ ਰੱਬ ਦੇ ਕਿੰਨੇ ਦੇ ਬਰਾਬਰ ਸੀ 1 ਸਾਲ ਦੇ ਬਰਾਬਰ ਇਸ ਲਈ ਕਹਿੰਦੇ ਨੇ ਸਾਨੂੰ ਵਕਤ ਤੋਂ ਪਹਿਲਾਂ ਕਦੀ ਵੀ ਕੁਝ ਨਹੀਂ ਮਿਲ ਸਕਦਾ ਆਪਾਂ ਬਹੁਤ ਕੁਝ ਮੰਗਨੇ ਆ ਕਿ ਸਾਨੂੰ ਇਹ ਮਿਲ ਜਾਏ ਉਹ ਮਿਲ ਜਾਏ ਜ਼ਰੂਰ ਮਿਲਦਾ ਹੈ ਲੇਕਿਨ ਜੋ ਵਕਤ ਹੈ ਉਸੇ ਵਕਤ ਦੇ ਵਿੱਚ ਮਿਲੇਗਾ ਜੇਕਰ ਆਪਾਂ ਨੂੰ ਪਹਿਲਾਂ ਪਾ ਵੀ ਲਾਵਾਂਗੇ ਨਾ ਤਾਂ ਵੀ ਉਹ ਸਾਡੇ ਕਿਸੇ ਵੀ ਕੰਮ ਨਹੀਂ ਆਏਗਾ ਦੋਸਤੋ ਕਹਿੰਦੇ ਨੇ ਨਾ ਸਮੇ ਤੋਂ ਪਹਿਲੇ ਉਹ ਨਸੀਬ ਤੋਂ ਜ਼ਿਆਦਾ ਨਾ ਕਦੀ ਕਿਸੇ ਨੂੰ ਮਿਲਿਆ ਹੈ ਨਾ ਹੀ ਕਦੇ ਕਿਸੇ ਨੂੰ ਮਿਲੇਗਾ ਜੋ ਵੀ ਕੰਮ ਹੋਏਗਾ ਉਹ ਵਕਤ ਆਏ ਤੇ ਹੀ ਹੋਏਗਾ ਬੀਜ ਤੋਂ ਜਦੋਂ ਪੌਦਾ ਬੰਦਾਵੇ ਉਹ ਵੀ ਵਕਤ ਆਂਤ ਹੀ ਅੰਕੁਰਿਤ ਹੁੰਦਾ ਵੇ ਇਸ ਲਈ ਜੇ ਮਿਹਨਤ ਕਰਦੇ ਜਾਓ ਫਲ ਤੁਹਾਨੂੰ ਜ਼ਰੂਰ ਮਿਲੇਗਾ ਇਸੀ ਕਹਾਣੀ ਦੇ ਨਾਲ ਜੀ ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ ਲੇਕਿਨ ਦੱਸਣਾ ਨਹੀਂ ਭੁੱਲਣਾ ਅੱਜ ਦੀ ਕਹਾਣੀ ਤੁਹਾਨੂੰ ਕਿੱਦਾ ਦੀ ਲੱਗੀ ਮੈਂ ਚਲਨੀ ਆ ਜੀ ਆਪਣਾ ਰੱਖਿਓ ਖਿਆਲ ਵੇਖਦੇ ਰਹੋ ਯੈਸ ਟੀਵੀ ਸੱਚੀ ਅਕਾਲ